सिख राज वल जो उठिया तू मूं मोड़िया तलवारा दा सब नालों मजबूत सी थम तू खालसाई सरकारां दा चाल मुगलां कोलों दिल्ली फतेह कराई तू बाबा देश हमेशा ऋणी रहू योद्या तेरे वाहेगुरू जी का खालसा वाहेगुरू जी की फतेह। इतिहास के चोणवें पलों में कुछ पल लैके तुहाडे रूबरू होए हैं जिदा कि आप सारे जानते हैं कि सदियों तो इस मुल्क की राजधानी दिल्ली रही है। दिल्ली उत्ते कई सदियां मुगलों का कब्जा रहा। सिख हमेशा चाहते थे कि दिल्ली में मुगलों के जुल्म तो उन्हां दी हुकूमत तो रिहा कराया जाए। अखीर वो दिन आया 11 मार्च 1783 जदों दिल्ली के लाल किले से खालसाई परचम झुलिया जिसका सपूत अज भी श्री हरिमंदर साहब के उन्हां रामगढ़िया बुंगिया दे विच लगी हुई वो सिल जिन्हों तख्त ताउस की बेशकीमती सिल कहा जाता वो पई है। तो नाल उस बारहदरी के पिलर ने दिल्ली में मुगलों के जुल्म तो आज़ाद कराने वास्ते कई सरदारों का योगदान है जिन्हों में एक सरदार का नाम सी महाराजा जस्सा सिंह रामगढ़िया। जस्सा सिंह रामगढ़िया जी का जन्म लाहौर तो लगभग 12 किलोमीटर दूर इचोगिल नामी स्थान 5 मई 1723 ईस्वी में होया। इस करके उन्होंने इचोगलिया भी कहा जाता सी। जस्सा सिंह जी ने गुरमुखी की दात विरसे विच ही मिली सी क्योंकि उन्होंने दादा जी सरदार हरदास सिंह जी ने श्री गुरु गोबिंद सिंह जी पासों खंडे की पौल प्राप्त की सी। ਉਹ ਸੁਰਸਿੰਘ ਵਿਖੇ ਰਹਿਣ ਵਾਲੇ ਸਨ ਜੋ ਕਿ ਅੰਮ੍ਰਿਤਸਰ ਤੋਂ ਲਗਭਗ 35 ਕਿਲੋਮੀਟਰ ਦੂਰ ਹੈ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 7 ਧਾਤਾਂ ਦੀ ਬਣੀ ਨਾਗਣੀ ਬਰਛਾ ਅਤੇ ਤਲਵਾਰਾਂ ਭੇਟ ਕੀਤੀਆਂ ਸਨ। ਇਹ ਉਹੀ ਨਾਗਣੀ ਬਰਛਾ ਹੈ ਜਿਸ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਮੁਗਲਾਂ ਦੇ ਮਸਤ ਹਾਥੀ ਦਾ ਸਿਰ ਵਿੰਨਿਆ ਸੀ। इस परचे दे आज भी तख्त श्री केसगढ़ साहब श्री आनंदपुर साहब विखे दर्शन करवाए जाते हैं। सरदार हरदास सिंह जी ने बंदा सिंह बहादुर जी नाल कई जंगा लड़िया अते आखिर विच हुई सन 1716 नूं बजवाड़े दी जंग विच शहीद हो गए। सरदार जस्सा सिंह जी के पिता सरदार भगवान सिंह जी गुरसिखी वाला जीवन बतीत करते सन। गुरबाणी का ज्ञान होने करके सारे पिंड वाले उन्होंने ज्ञानी जी आख के बुलाते सन। वो सुरसिंह छड़ के लाहौर इचोगिल रहन आ गए। इत्थे आके ज्ञानी जी नूं 5 पुत्रां की दात प्राप्त हुई। सरदार जस्सा सिंह जी, सरदार जय सिंह जी, सरदार खुशहाल सिंह जी, सरदार माली सिंह जी अते सरदार तारा सिंह जी। सरदार जस्सा सिंह जी ने शस्त्र विद्या अते गुरमुखी अपने पिता जी कोलों सीखी। जल्दी ही उन्होंने
ਸਰਦਾਰ ਗੁਰਦਿਆਲ ਸਿੰਘ ਪੰਜਵੜ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤਪਾਨ ਕੀਤਾ। ਉਹ ਬਚਪਨ ਤੋਂ ਹੀ ਆਪਣੇ ਪਿਤਾ ਦੇ ਤਰਖਾਣ ਦੇ ਕੰਮ ਵਿੱਚ ਰੁਚੀ ਨਹੀਂ ਸਨ ਰੱਖਦੇ। ਜਿਉਂ ਜਿਉਂ ਉਹਨਾਂ ਦੀ ਉਮਰ ਵੱਧ ਰਹੀ ਸੀ, ਉਹਨਾਂ ਅੰਦਰ ਸਿੱਖ ਕੌਮ ਲਈ ਕੁਝ ਕਰਨ ਦੀ ਇੱਛਾ ਵੀ ਵੱਧ ਰਹੀ ਸੀ। ਫਿਰ ਇੱਕ ਦਿਨ ਜਦ ਪਤਾ ਲੱਗਾ ਕਿ ਨਾਦਰ ਸ਼ਾਹ ਨੇ ਹਿੰਦ 'ਤੇ ਹਮਲਾ ਕਰ ਦਿੱਤਾ ਹੈ, ਇਹ ਸੁਣ ਕੇ ਸਰਦਾਰ ਜੱਸਾ ਸਿੰਘ ਜੀ, ਜੋ ਉਸ ਵੇਲੇ ਸਿਰਫ 15 ਸਾਲ ਦੇ ਸਨ, ਆਪਣੇ ਪਿਤਾ ਨਾਲ ਜੰਗ ਲਈ ਚਲੇ ਗਏ। ਉਹ ਜੰਗ ਵਿੱਚ ਇੰਨੀ ਬਹਾਦਰੀ ਨਾਲ ਲੜੇ ਕਿ ਜ਼ਕਰੀਆ ਖਾਂ ਵੀ ਉਹਨਾਂ ਦੇ ਇਸ ਜਜ਼ਬੇ ਦਾ ਮੁਰੀਦ ਹੋ ਗਿਆ। ਆਖਿਰ ਸਨ 1738 ਦੀ ਹੋਈ ਇਸ ਜੰਗ ਵਿੱਚ ਸਰਦਾਰ ਜੱਸਾ ਸਿੰਘ ਜੀ ਦੇ ਪਿਤਾ ਜੀ ਸ਼ਹੀਦੀ ਪ੍ਰਾਪਤ ਕਰ ਗਏ। ਪਰ ਜ਼ਕਰੀਆ ਖਾਂ ਨੇ ਉਹਨਾਂ ਦੀ ਬਹਾਦਰੀ ਨੂੰ ਦੇਖ ਕੇ ਉਹਨਾਂ ਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਨੇੜੇ 5 ਪਿੰਡਾਂ ਦੀ ਜਗੀਰ ਦੇ ਦਿੱਤੀ ਅਤੇ ਸਰਦਾਰ ਜੱਸਾ ਸਿੰਘ ਜੀ ਨੂੰ ਰਸਾਲਦਾਰ ਦੀ ਪਦਵੀ ਦੇ ਦਿੱਤੀ। ਇਹ ਪਿੰਡ ਸਨ ਵੱਲਾ, ਵੇਰਕਾ, ਤੁੰਗ, ਸੁਲਤਾਨਵਿੰਡ ਅਤੇ ਚੱਬਾ। ਇਹਨਾਂ ਵਿੱਚੋਂ ਪਿੰਡ ਵੱਲਾ ਸਰਦਾਰ ਜੱਸਾ ਸਿੰਘ ਜੀ ਦੇ ਹਿੱਸੇ ਆਇਆ। ਇੱਥੋਂ ਹੀ ਉਹਨਾਂ ਦਾ ਰਾਜਸੀ ਜੀਵਨ ਸ਼ੁਰੂ ਹੋ ਗਿਆ। ਸਨ 1745 ਦਾ ਉਹ ਖਾਸ ਸਮਾਂ ਜੋ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। 1 ਜੁਲਾਈ ਨੂੰ ਖਾਂ ਬਹਾਦਰ ਜ਼ਕਰੀਆ ਖਾਂ ਦੀ ਮੌਤ ਹੋ ਜਾਂਦੀ ਹੈ। ਉਸਦੇ 19 ਸਾਲ ਗਵਰਨਰ ਹੋਣ ਕਰਕੇ ਸਿੱਖ ਕੌਮ ਨੂੰ ਬੜੇ ਤਸ਼ੱਦਦ ਸਹਿਣੇ ਪਏ। ਉਸਦੇ ਮਰਨ ਤੋਂ ਬਾਅਦ ਉਸਦੇ ਦੋਵੇਂ ਪੁੱਤਰ ਯਹੀਆ ਖਾਂ ਅਤੇ ਸ਼ਾਹ ਨਵਾਜ਼ ਪੰਜਾਬ ਦੀ ਹਕੂਮਤ ਲਈ ਆਪਸ ਵਿੱਚ ਲੜਨ ਲੱਗ ਪਏ, ਜਿਸ ਕਰਕੇ ਸਰਕਾਰ ਨਹੀਂ ਬਣੀ, ਜੋ ਕਿ ਸਿੱਖਾਂ ਲਈ ਇੱਕ ਸੁਨਹਿਰੀ ਮੌਕਾ ਸੀ। ਸਿੱਖਾਂ ਨੇ ਵੀ ਛੋਟੇ ਛੋਟੇ ਜੱਥੇ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਸਰਦਾਰ ਜੱਸਾ ਸਿੰਘ ਜੀ ਵੀ ਸਰਦਾਰ ਨੰਦ ਸਿੰਘ ਸੰਘਣੀਏ ਦੇ ਇੱਕ ਜੱਥੇ ਵਿੱਚ ਸ਼ਾਮਿਲ ਹੋ ਗਏ। ਜਦ ਦੋਵੇਂ ਭਰਾਵਾਂ ਨੂੰ ਕੁਝ ਸਮਝ ਆਉਂਦੀ, ਸਿੱਖ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕੇ ਸਨ। ਇੱਕ ਦਿਨ ਜਦ ਸਿੱਖ ਵਿਸਾਖੀ ਦੇ ਮੌਕੇ 'ਤੇ ਇਕੱਠੇ ਹੋਏ ਤਾਂ ਉੱਥੇ ਸਰਦਾਰ ਸੁੱਖਾ ਸਿੰਘ ਕਲਸੀ ਮਾੜੀ ਕੰਬੋਕੇ ਨੇ ਸਿੱਖਾਂ ਨੂੰ ਉਹਨਾਂ ਦੀ ਸੁਰੱਖਿਆ ਲਈ ਪਹਿਲਾ ਕਿਲ੍ਹਾ ਬਣਾਉਣ ਦੀ ਅਪੀਲ ਕੀਤੀ, ਜਿਸ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਰਾਮ ਰੋਣੀ ਰੱਖਿਆ ਗਿਆ। ਅੰਮ੍ਰਿਤਸਰ ਰਾਮਸਰ ਦੇ ਨੇੜੇ ਗੁਰੂ ਮਹਾਰਾਜ ਜੀ ਨੇ ਇੱਕ ਖੂਹੀ ਬਣਵਾਈ ਸੀ। ਉਸੇ ਖੂਹੀ ਦੇ ਆਲੇ ਦੁਆਲੇ ਸਨ 1748 ਨੂੰ ਇੱਕ ਕੱਚੀ ਗੜੀ ਦਾ ਨੀਂਹ ਪੱਥਰ ਰੱਖਿਆ ਗਿਆ। ਕੁਝ ਦਿਨਾਂ ਵਿੱਚ ਹੀ ਇਹ ਕਿਲ੍ਹਾ ਬਣ ਕੇ ਤਿਆਰ ਹੋ ਗਿਆ, ਜਿਸ ਵਿੱਚ ਸਰਦਾਰ ਜੱਸਾ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦਾ ਇੱਕ ਵੱਡਾ ਯੋਗਦਾਨ ਸੀ। ਅਹਿਮਦ ਸ਼ਾਹ ਅਬਦਾਲੀ ਇੱਕ ਜੰਗ ਦੌਰਾਨ ਮੀਰ ਮਨੂ ਤੋਂ ਹਾਰ ਗਿਆ ਅਤੇ 9 ਅਪ੍ਰੈਲ 1748 ਨੂੰ ਮੀਰ ਮਨੂ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਬਣਿਆ, ਜਿਸ ਨੂੰ ਸਿੱਖਾਂ ਦੀ ਵੱਧ ਰਹੀ ਤਾਕਤ ਦਾ ਅੰਦਾਜ਼ਾ ਹੋ ਗਿਆ ਸੀ ਅਤੇ ਉਸਨੇ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਸਿੱਖ ਜਦ ਮਦਦ ਲਈ ਜਲੰਧਰ ਵੱਲ ਅਦੀਨਾ ਬੇਗ ਕੋਲ ਗਏ, ਜੋ ਕਿ ਉੱਥੋਂ ਦਾ ਸੂਬੇਦਾਰ ਸੀ, ਉਹ ਬੜਾ ਹੀ ਚਲਾਕ ਹਾਕਮ ਸੀ। ਇੱਕ ਦਿਨ ਦੀਵਾਲੀ ਦੇ ਮੌਕੇ 'ਤੇ ਜਦ ਕਾਫ਼ੀ ਤਾਦਾਦ ਵਿੱਚ ਸਿੱਖ ਹਰਿਮੰਦਰ ਸਾਹਿਬ ਇਕੱਠੇ ਹੋਏ ਤਾਂ ਮੀਰ ਮਨੂ ਨੇ ਅਦੀਨਾ ਬੇਗ ਨੂੰ ਚਾਰੇ ਪਾਸੇ ਘੇਰਾ ਪਾਉਣ ਲਈ ਕਿਹਾ। 500 ਸਿੰਘ ਰਾਮ ਰੋਣੀ ਦੇ ਕਿਲ੍ਹੇ ਵਿੱਚ ਆ ਬੈਠੇ। ਜਦ ਜੱਸਾ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਸਾਥੀਆਂ ਨਾਲ ਕਿਲ੍ਹੇ ਵਿੱਚ ਦਾਖਲ ਹੋ ਗਏ। ਇਹ ਦੇਖ ਕੇ ਸਿੱਖਾਂ ਦਾ ਹੌਸਲਾ ਵੱਧ ਗਿਆ ਅਤੇ ਉਹਨਾਂ ਦਾ ਸਾਥ ਦੇ ਕੇ ਲੜਨ ਲਈ ਤਿਆਰ ਹੋ ਗਏ। ਕੌੜਾ ਮੱਲ, ਜੋ ਕਿ ਅਦੀਨਾ ਬੇਗ ਦਾ ਨਾਇਬ ਸੀ, ਉਸ ਨਾਲ ਜਦ ਸਰਦਾਰ ਜੱਸਾ ਸਿੰਘ ਜੀ ਨੇ ਗੱਲ ਕੀਤੀ ਤਾਂ ਉਸਨੇ ਅਦੀਨਾ ਬੇਗ ਨਾਲ ਸਲਾਹ ਕਰਕੇ ਰਾਮ ਰੋਣੀ ਤੋਂ ਘੇਰਾ ਹਟਾ ਲਿਆ। ਉਸ ਸਮੇਂ ਇਹ ਖ਼ਬਰ ਮਿਲੀ ਕਿ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਚੜ੍ਹਿਆ ਆ ਰਿਹਾ ਹੈ। ਇਹ ਸੁਣ ਕੇ ਅਦੀਨਾ ਬੇਗ ਨੇ ਸਿੱਖਾਂ ਨੂੰ ਵੀ ਆਪਣੇ ਨਾਲ ਰਲਾ ਲਿਆ। ਸਰਦਾਰ ਜੱਸਾ ਸਿੰਘ ਜੀ ਦੀ ਸਿਆਣਪ ਨਾਲ ਸਿੱਖ ਕੌਮ 'ਤੇ ਆਇਆ ਇਹ ਸੰਕਟ ਵੀ ਟਲ ਗਿਆ। ਪੰਥ ਪ੍ਰਤੀ ਪਿਆਰ ਅਤੇ ਅਦੁੱਤੀ ਸੇਵਾ ਸਦਕਾ ਸਰਦਾਰ ਜੱਸਾ ਸਿੰਘ ਜੀ ਇੱਕ ਸਤਿਕਾਰਯੋਗ ਸ਼ਖਸੀਅਤ ਬਣ ਗਏ। ਇਹ ਗੱਲ ਵੀ ਸਪਸ਼ਟ ਹੋ ਗਈ ਕਿ ਲੋੜ ਪੈਣ 'ਤੇ ਉਹ ਪੰਥ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦੇ ਹਨ। ਇਸ ਤੋਂ ਬਾਅਦ ਰਾਮ ਰੋਣੀ ਦੇ ਕਿਲ੍ਹੇ ਦਾ ਨਾਮ ਵੀ ਰਾਮਗੜ੍ਹ ਰੱਖਿਆ ਗਿਆ ਅਤੇ ਸਰਦਾਰ ਜੱਸਾ ਸਿੰਘ ਜੀ ਨੂੰ ਉਸਦਾ ਕਿਲ੍ਹੇਦਾਰ ਥਾਪਿਆ ਗਿਆ, ਜਿਸ ਕਰਕੇ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਰਾਮਗੜੀਏ ਦੀ ਪਦਵੀ ਨਾਲ ਨਿਵਾਜ਼ਿਆ ਗਿਆ।
रामगढ़ के किले की सारी जिम्मेवारी सरदार जस्सा सिंह जी रामगढ़िया ने अपने सिर लै ली और समय समय से उसकी उसारी करवाते रहे। अफगानिस्तान तो अहमद शाह अब्दाली ने हमले शुरू कर दिए। वो दिल्ली जाते राह दे विच पंजाब पैंदा सी। इत्थे अहमद शाह अब्दाली नूं रोकण वास्ते सिखां ने दल खालसे का गठन किया जिहदे विच 65 जथे सन। हर जथे का एक जथेदार सीगा। हौली हौली जथे मिलकर मिसलां का रूप धारण कर गए। 29 मार्च 1748 विसाखी वाले दिन 12 मिसलां का गठन किया गया, जिस विचों एक मिसल रामगढ़िया मिसल सी, जिस दे जथेदार महाराजा जस्सा सिंह रामगढ़िया सीगे। इस मिसल दे ज़्यादातर अहुदेदार लाहौर अते तरखान सन, जिस करके उन्होंने अपने नाँ के मगर रामगढ़िया लाना शुरू कर दिता। एक समय महाराजा जस्सा सिंह रामगढ़िया को 12,000 सिपाही, 6,000 घोड़सवार, 360 तो वध किले अते ओ इलाके जिन्हों तो 40 लाख तो वध मालिया टैक्स वसूल किया जाता सी। अहमद शाह अब्दाली के तीजे हमले समय सिर्फ दीवान कौड़ा माली सी जो सिखां दा हमायती सी। उहदी मौत तो बाद कहिंदे मीर मन्नू लाहौर दे तख्त उत्ते बैठा, पर हुण कोई रह ही नहीं सी गया जो सिखां ते मीर मन्नू दे विचार दी कड़ी बन सकता, जो कि आपस विच सुलह करा सकता। सो कहिंदे ने मीर मन्नू ने सिखां ते बे इंतहा तशद्दद कीते। कई सिखां नूं लाहौर छड के तसीहे दे के शहीद किया गया, पर फिर भी वह मुकम्मल सिखां नूं खत्म नहीं कर सकता। दूजे पासे रामगढ़ के किले में सरदार जस्सा सिंह रामगढ़िया अपने सिखां नाल सन, जिहदे उत्ते मीर मन्नू ने हमला करके तो उन्हूं ढह ढेरी कर दिता। पर सरदार जस्सा सिंह जी रामगढ़िया अपने सिखां नाल कंध पाड़ के निकलण विच कामयाब हो गए। कहिंदे ने सन 1752 विच मीर मन्नू मर गया, हकूमत कमजोर पैण लगी। इस मौके सरदार जस्सा सिंह रामगढ़िया ने श्री अमृतसर साहब विच रामगढ़ के किले की उसारी मुड़ तो शुरू करा दी, जो गल दुश्मनां दी अखां विच रड़कण लगी। सन 1767 ईस्वी विच जद अब्दाली ने पंजाब ते आखरी वार हमला कीता, जिस विच अब्दाली नूं कामयाबी हासिल होई, पर अब्दाली ने ब्यास नदी नूं पार कीता ही सी कि अगे महाराजा जस्सा सिंह रामगढ़िया अते सरदार जस्सा सिंह आलूवालिया उहदा राह रोकी खड़े सन। सिखां दे इस हमले नाल अब्दाली दीआं फौजां दे पैर उखड़ गए। इस लड़ाई नाल सरदार जस्सा सिंह आलूवालिया सख्त जख्मी हो गए अते फौज की कमान सरदार जस्सा सिंह जी रामगढ़िया ने संभाली। वह इन्नी बहादुरी नाल लड़े कि अब्दाली दीआं फौजां नूं सिखां सामने हार मननी पै गई। इस शानदार जित तो बाद उन्हां दा नाम सारे भारत विच मशहूर हो गया। सरदार जस्सा सिंह जी रामगढ़िया ने अपने भरा जय सिंह नाल रल के बटाले ते अमृतसर के कुछ इलाकों ते जित प्राप्त कर ली। अदीना बेग की मौत सन 1758 ईस्वी नूं होण तों बाद पठाणा ने हकूमत संभाली, जिसका सिखां ने बड़ी बहादुरी नाल टाकरा किया। समुचे सिख पंथ दे नाल होण करके सरदार जस्सा सिंह जी रामगढ़िया की ताकत होर भी वध गई। उन्होंने फिर बटाला, कलानौर, दीनानगर, श्री हरगोबिंदपुर, कादियां, शाहपुर कंडी अते घुमाण उपर अपना कब्जा किया। उन्होंने छेती ही हुशियारपुर के जिले टांडा, मनीवाल, सरहीं, मंगोवाल, म्याणी, दीपालपुर अते रोहिल के इलाके फतेह किए। जद सरदार जस्सा सिंह जी रामगढ़िया ने उत्तर के पहाड़ी इलाकों ते कब्जे करने बारे सोचा तो उस समय किसी ने भी उत्तर वल जाण दी नहीं सी सोची, क्योंकि पंजाब दियां पहाड़ी रियासतां सब तो उगियां रियासतां सन। उन्हां दिनां विच घुमंड चंद एक रियासत दा राजा सी। सरदार जस्सा सिंह जी रामगढ़िया ने कोट कांगड़े ते चढ़ाई कीती अते घुमंड चंद नूं 4,000 रुपए सालाना देना प्रवान करदे हुए सन 1774 तक बराबर कर देंदे रहे। कांगड़े दी इस जित कारण उन्हां ने बाकी पहाड़ी रियासतां ते बड़ी ही आसानी नाल अधिकार जमा लिया। कुछ समय बाद नूरपुर अते चंबा दी रियासत दे राजे भी आ शामिल होए। इस तों बाद सरदार जस्सा सिंह जी रामगढ़िया ने सब खिंडे हुए इलाकों नूं शामिल कर लिया अते पक्के केंद्री राज दा प्रबंध बना लिया। बटाला उन्होंने अपने भरा माली सिंह नूं
ਅਤੇ ਕਲਾਨੌਰ ਦੂਜੇ ਭਰਾ ਤਾਰਾ ਸਿੰਘ ਨੂੰ ਦੇ ਦਿੱਤਾ। ਸ਼ੁਰੂ ਸ਼ੁਰੂ ਵਿੱਚ ਉਹਨਾਂ ਦੀ ਰਾਜਧਾਨੀ ਰਾਮਗੜ੍ਹ ਸੀ, ਪਰ ਫਿਰ ਸ਼੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾ ਲਿਆ ਗਿਆ ਕਿਉਂਕਿ ਉਹ ਉਹਨਾਂ ਦੇ ਜਿੱਤੇ ਹੋਏ ਇਲਾਕਿਆਂ ਦਾ ਕੇਂਦਰ ਸੀ। ਅੱਜ ਕੱਲ੍ਹ ਸ਼੍ਰੀ ਹਰਗੋਬਿੰਦਪੁਰ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਹਵੇਲੀ ਦਾ ਪੁਨਰ ਨਿਰਮਾਣ ਹੋ ਰਿਹਾ ਹੈ, ਜਿਸਦਾ ਇੱਕ ਬਹੁਤ ਵੱਡਾ ਹਾਲ ਬਣ ਗਿਆ ਹੈ ਅਤੇ ਬਾਕੀ ਹਿੱਸਾ ਵੀ ਜਲਦ ਤਿਆਰ ਹੋ ਜਾਵੇਗਾ। ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਨੇ 360 ਕਿਲੇ ਬਣਵਾਏ। ਇਹਨਾਂ ਵਿੱਚੋਂ ਸਿੰਘਪੁਰ ਬਰਨਾਲੇ ਦਾ ਕਿਲਾ ਸਭ ਤੋਂ ਵੱਧ ਪ੍ਰਸਿੱਧ ਹੈ। ਜਿੱਥੇ ਉਹਨਾਂ ਦੇ ਇਤਿਹਾਸਿਕ ਅਸ਼ਤਰ ਸ਼ਸਤਰ ਸੰਭਾਲੇ ਗਏ ਹਨ ਅਤੇ ਉਹਨਾਂ ਵੱਲੋਂ ਬਣਵਾਏ ਗਏ ਦੋ ਖੂਹ ਵੀ ਹਨ। ਕਈ ਅਹਿਮ ਇਲਾਕੇ ਜਿੱਤਣ ਤੋਂ ਬਾਅਦ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਮਹਾਨਤਾ ਦੇ ਚਰਚੇ ਹਰ ਪਾਸੇ ਹੋਣ ਲੱਗੇ। ਉਹਨਾਂ ਨੂੰ ਇੱਕ ਜ਼ਿੰਮੇਵਾਰ ਅਤੇ ਮਜ਼ਬੂਤ ਜਰਨੈਲ ਦੇ ਰੂਪ ਵਿੱਚ ਵੇਖਿਆ ਜਾਣ ਲੱਗਾ। 18ਵੀਂ ਸ਼ਤਾਬਦੀ ਵਿੱਚ ਕਸੂਰ ਸ਼ਹਿਰ ਧਨਵਾਨਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ, ਜਿਸ ਵਿੱਚ 12 ਕਿਲੇ, ਇੱਕ ਫੌਜ ਦੀ ਵੱਡੀ ਛਾਉਣੀ ਸੀ। ਉਹਦੇ ਉੱਤੇ ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੈ ਸਿੰਘ ਘਨੱਈਆ ਨੇ ਲਗਭਗ 15,000 ਦੀ ਫੌਜ ਲੈ ਕੇ ਅਤੇ ਚੜ੍ਹਾਈ ਕਰ ਦਿੱਤੀ। ਇਸ ਚੜ੍ਹਾਈ ਦਾ ਅਸਲ ਕਾਰਨ ਸਿੱਖ ਫੌਜੀਆਂ ਲਈ ਰਸਦ ਅਤੇ ਨਵੇਂ ਸ਼ਸਤਰਾਂ ਲਈ ਧਨ ਦੌਲਤ ਲੁੱਟਣਾ ਅਤੇ ਇੱਕ ਪੰਡਿਤ ਵੱਲੋਂ ਸਿੱਖਾਂ ਨੂੰ ਕੀਤੀ ਹੋਈ ਫਰਿਆਦ ਕਿ ਉਸ ਦੀ ਧਰਮ ਪਤਨੀ ਨੂੰ ਕਸੂਰ ਦਾ ਹਾਕਮ ਜ਼ਬਰਦਸਤੀ ਚੁੱਕ ਕੇ ਲੈ ਗਿਆ। ਅਖੀਰ ਸਿੱਖ ਜੰਗ ਦੇ ਮੈਦਾਨ ਵਿੱਚ ਆਏ। ਉੱਧਰੋਂ ਕਸੂਰ ਦਾ ਹਾਕਮ ਉਸਮਾਨ ਖਾਨ ਕਸੂਰੀ ਆਪਣੇ ਕਈ ਸਿਪਾਹੀਆਂ ਨਾਲ ਜੰਗ ਦੇ ਮੈਦਾਨ ਵਿੱਚ ਉਤਰਿਆ, ਟਾਕਰਾ ਹੋਇਆ, ਅਖੀਰ ਮਾਰਿਆ ਗਿਆ। ਸਿੱਖਾਂ ਨੇ ਕਸੂਰ ਸ਼ਹਿਰ ਵਿੱਚੋਂ ਕਈ ਹੀਰੇ, ਮੋਤੀ, ਜਵਾਹਰਾਤ, ਧਨ ਦੌਲਤ ਅਤੇ ਕਰੋੜਾਂ ਰੁਪਈਏ ਲੁੱਟੇ। ਅਖੀਰ ਸੰਨ 1783 ਨੂੰ ਸਿੱਖ ਦਿੱਲੀ ਵਿੱਚ ਦਾਖਲ ਹੋ ਗਏ। ਦਿੱਲੀ ਪਹੁੰਚ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲਾਂ ਮੁਗਲਪੁਰ 'ਤੇ ਕਬਜ਼ਾ ਕੀਤਾ ਅਤੇ ਫਿਰ ਦਿੱਲੀ ਦੀ ਚਾਰ ਦੀਵਾਰੀ ਦੇ ਬਾਹਰ 30,000 ਦੀ ਫੌਜ ਇਕੱਠੀ ਹੋ ਗਈ, ਜਿਸ ਇਲਾਕੇ ਨੂੰ ਅੱਜ ਵੀ 30,000 ਕੋਟ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਦੀਵਾਰ ਵਿੱਚ ਸਿੱਖ ਇੱਕ ਮੋਰੀ ਕਰਕੇ ਦਿੱਲੀ ਵਿੱਚ ਦਾਖਲ ਹੋਏ ਸਨ। ਬਾਅਦ ਵਿੱਚ ਉਸ ਦੀਵਾਰ 'ਤੇ ਇੱਕ ਗੇਟ ਬਣਾ ਦਿੱਤਾ ਗਿਆ ਜੋ ਕਿ ਅੱਜ ਵੀ ਦਿੱਲੀ ਵਿੱਚ ਮੋਰੀ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ 'ਤੇ ਕਬਜ਼ਾ ਕਰ ਲਿਆ। ਉਹਨਾਂ ਦੇ ਨਾਲ ਹੋਰ ਸਿੱਖ ਮਿਸਲਾਂ ਦੇ ਜਰਨੈਲ ਵੀ ਸਨ। ਇੱਥੇ ਉਹਨਾਂ ਨੂੰ ਧਨ ਅਤੇ ਮੁਗਲਾਂ ਦੇ ਤੋਪਖਾਨੇ ਦੀਆਂ 4 ਤੋਪਾਂ ਅਤੇ 12 ਦੇ ਪਿੱਲਰ ਵੀ ਹੱਥ ਲੱਗੇ। ਤਾਜਪੋਸ਼ੀ ਵਾਲੀ ਰੰਗ ਬਿਰੰਗੀ ਪੱਥਰ ਦੀ ਸਿੱਲ, ਤਖ਼ਤੇ ਤਾਊਜ ਵੀ ਮਿਲੀ ਜੋ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਈ ਅਤੇ ਖਾਲਸਾ ਰਾਜ ਦਾ ਨਿਸ਼ਾਨ ਦਿੱਲੀ ਦੇ ਉਹ ਤਖ਼ਤ 'ਤੇ ਝੁੱਲਣ ਲੱਗਾ ਜਿੱਥੋਂ ਹਮੇਸ਼ਾ ਸਿੱਖ ਰਾਜ ਨੂੰ ਖਤਮ ਕਰਨ ਦੇ ਫੁਰਮਾਨ ਜਾਰੀ ਕੀਤੇ ਜਾਂਦੇ ਸਨ। ਇਹ ਸਿੱਲ ਅੱਜ ਵੀ ਰਾਮਗੜ੍ਹੀਆ ਬੁੰਗੇ ਅੰਮ੍ਰਿਤਸਰ ਵਿੱਚ ਮੌਜੂਦ ਹੈ। ਇਹ ਸਿੱਲ 6 ਫੁੱਟ ਲੰਬੀ, 4 ਫੁੱਟ ਚੌੜੀ ਅਤੇ 9 ਇੰਚ ਮੋਟੀ ਹੈ। ਰਾਮਗੜ੍ਹੀਆ ਬੁੰਗੇ ਦੀ ਸਭ ਤੋਂ ਹੇਠਲੀ ਮੰਜ਼ਿਲ, ਇੱਥੇ ਹੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਤਖ਼ਤ ਅਸਥਾਨ ਅਤੇ ਹਾਲ ਵੀ ਹੈ, ਜੋ ਕਿ ਸਤਿਕਾਰ ਵਜੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਨੀਵਾਂ ਰੱਖਿਆ ਗਿਆ ਹੈ।
आखिर सन 1803 नूं जद सिख पंथ दा महान योधा महाराजा जस्सा सिंह रामगढ़िया अपनी संसारी यात्रा नूं पूरे करदे हुए श्री हरगोबिंदपुर विखे अकाल चलाना कर गए। जो सूरज 5 मई 1723 नूं इचोगिल दे स्थान ते उदय होया साडे लई महान पूरने पा के अस्त हो गया। अजिहे सूरवीर ते कर्मयोगी कदी कदी ही संसार ते आया करते हन। महाराजा जस्सा सिंह रामगढ़िया एक अजित हौसले दृढ़ इरादे प्रबल शरीर दलेरी अते रोशन दिमाग दे सन। ओह एक चतुर नीतिवान सियाने जरनैल अते एक वधिया प्रबंधक भी सन। पहाड़ी इलाकियां ते राज स्थापित करन वाले ओह पहले सिख जरनैल सन। महाराजा जस्सा सिंह रामगढ़िया तो बाद जो महाराजा रणजीत सिंह ने अमृतसर तो लाहौर वाले पासे नूं गोबिंदगढ़ किला बनवाया उसनों बनाउण विच रामगढ़ किले की बणतर नूं मुख रख्या गया। एक छोटे जे परिवार तो उठ के एडी वड्डी मिसल की अगवाई करना कोई छोटी गल नहीं सी। महाराजा जस्सा सिंह रामगढ़िया अते उन्हां दे सिख सिपाहियां वल्लों हमेशा श्री हरिमंदर साहब की पवित्रता कायम रखण दे विच अहम भूमिका निभाई गई। श्री अमृतसर साहब की रखवाली दी बने रामगढ़ किले के नाँ के उत्ते ही उन्हां नूं रामगढ़िया की उपाधि नाल नवाजिया गया जो कि अज रामगढ़िया बरादरी वास्ते बड़े माण की गल है। सरदार जस्सा सिंह रामगढ़िया जी की जिंदगी आउण वालियां पीढ़ियां लई चानण मनारा रहेगी। इस महापुरश नूं साडे वल्लों कोटी कोटी प्रणाम है। वाहिगुरू जी का खालसा वाहिगुरू जी की फतह। इस डॉक्यूमेंट्री फिल्म का उपराला रामगढ़िया सेवक सभा कोलकाता वल्लों करवाया गया है जो कि समय समय सिर कई धार्मिक अते समाजिक उपराले करवाते रहते हैं जिमें कि लोड़वंद सिख बच्चों के विआह सिख विद्यार्थियों की पढ़ाई विच आर्थिक मदद मेडिकल कैंप अते बीमारां दी आर्थिक मदद की जाती है। रामगढ़िया बच्चों गुरु घर की सेवा सिखी सरूप की सांभ संभाल अते नशियां तो रहत जीवन जीण की प्रेरणा दी जाती है। समाज विच पैदा हुए आपसी मतभेद गलबात नाल सुलझाए जाते हैं। महाराजा जस्सा सिंह रामगढ़िया हॉल गुरुद्वारा भाई लालो जी रामगढ़िया ट्रस्ट रामगढ़िया कोऑपरेटिव क्रेडिट सोसाइटी लिमिटेड रामगढ़िया यूथ विंग कोलकाता रामगढ़िया सेवक सभा कोलकाता समाज की बेहतरी अते चढ़दी कला लई हर समय यतनशील रहती है। कबहू कबहू बाज हाथ बाज ते नगारे सार कबहू तो पाए पिया दे बोझ सीस सही है कबहू कबहू मेवे और मिठाई की ना रुचि वो कबहू ते एक मुट्ठी नाच पीना नहीं है कबहू नितवार पर भिखारियन की भीड़ हो कबहू ते पर द्वार आप जाए पहिए छोड़िए ना हिम्मत विसारिए ना हरी नाम चाहू बिद राम रखे ताहू बिद रही है चाहू बिद राम रखे ताहू बिद रही